ਕੀ ਨਾ ਤੁਹਾਡਾ? ਗੁਰਦਾਰ ਸਿੰਘ ਗਿਆਨੀ ਜੀ। ਕਿਹੜਾ ਪਿੰਡ ਆ ਜੀ? ਧੀਮਾਲੀ ਸਾਹਿਬ। ਦੱਸੋ ਕੀ ਮੰਗ ਕਰਦੇ ਹੋ? ਸਾਨੂੰ ਜਿਹੜਾ ਸਰਪੰਚ ਠੱਲਿਆ ਇਹ ਗ੍ਰਾਂਤੀ ਠੱਲਤਾ। ਅੱਛਾ। ਜਿਹੜੇ ਮੈਂਬਰ ਠੱਲੇ ਉਹ ਵੀ ਵੈਸ਼ਨੂੰ। ਅੱਛਾ। ਅਸੀਂ ਵੋਟ ਕੀ ਪਾਈਏ ਤਾਂ ਦਰਖਤਾਂ ਨਾਲ ਬੈਠੇ ਰੋਈ ਜਾਂਦੇ ਆ। ਕੀ ਮੰਗ ਕਰਦੇ ਹੋ ਤੁਸੀਂ? ਸਾਨੂੰ ਸ਼ਰਾਬ ਚਾਹੀਦੀ ਹੈ। ਅੱਛਾ, ਕਿਸੇ ਨੇ ਨੀ ਪਿਆਈ? ਕਿਸੇ ਨੇ ਨੀ ਪਿਆਈ। ਜੇ ਪਿਆਦੀ ਤਾਂ ਠੀਕ ਆ, ਨਹੀਂ ਅਸੀਂ 3:30 ਵਜੇ ਬਾਈਕਾਟ ਕਰ ਦਿਆਂਗੇ। ਅੱਛਾ, ਪੱਲੋ ਨੇ ਪੀਣੀ? ਹਾਂਜੀ, ਪੱਲੋ ਨੇ ਪੀਣੀ। ਪੱਲੋ ਨੇ ਆਇਆ ਅੱਜ, ਪੱਲੋ ਪੀਤੀ ਤਾਂ ਕੱਲ੍ਹ ਮੁਕੇ ਰੱਬੀ ਮਾਂਗੇ। ਤੁਹਾਡਾ ਧੰਨਵਾਦ ਆ। ਇਹ ਖਬਰਾਂ ਸੋਨੇ ਗਾਂਧੀ ਨੂੰ ਪਹੁੰਚਣੀ ਚਾਹੀਦੀ ਹੈ। ਪਹੁੰਚ ਜੂਗੀ। ਸੋਨੇ ਗਾਂਧੀ ਨੇ ਹੱਥ ਮਿਲਾਇਆ ਬਠਿੰਡੇ ਚ। ਅੱਛਾ, ਪਹੁੰਚ ਜੂਗੀ। ਸਰਕਾਰ ਤਾਂ ਕਹਿੰਦੀ ਹੈ ਵੀ ਨਸ਼ੇ ਬੰਦ ਕਰੋ, ਤੁਸੀਂ ਕਿਉਂ ਮੰਗ ਰਹੇ ਹੋ? ਬਾਹਰ ਅੰਦਰ ਖਾਤੇ ਕਹਿੰਦਾ ਅੰਦਰ ਵੜ ਕੇ ਪੀ ਲੈਂਦੇ ਹੋ। ਕਦੋਂ ਦਾਰੂ ਨੀ ਪਈ? ਸਾਰੇ ਪਿੰਡਾਂ ਚ ਖੁੱਲੀ ਚੱਲੀ ਜਾਂਦੀ ਹੈ। ਸਾਡਾ ਜੀ ਪੁਆੜਾ ਹੀ ਆ ਗਏ, ਗਰੰਟੀ ਖੜਾ ਕਰਤਾ, ਜੱਪ ਖੜਾ ਕਰਤਾ। ਕੋਲ ਲੰਘ ਦਾ ਬੰਦਾ ਸਰਪੰਚ ਨੂੰ ਮੈਂ ਵੋਟਾਂ ਪਾਈਆਂ ਤੇ ਬਾਅਦ ਚ ਦੱਸਦੇ ਸਰਪੰਚ ਨੇ ਪਾਈ, ਮੈਂ ਇਹਨੂੰ ਸਰਪੰਚ ਬਣਾਉਣਾ ਚਾਹੁੰਦਾ। ਬਾਕੀ ਸੋਨੀਆ ਗਾਂਧੀ ਨੇ ਮੇਰਾ ਹੱਥ ਬਠਿੰਡੇ ਮਿਲਾਇਆ। ਨਹੀਂ, ਇੱਥੇ ਤੁਸੀਂ ਅਕਾਲੀ ਦਲ ਨਾਲ ਤੇ ਉੱਥੇ ਸੋਨੀਆ ਗਾਂਧੀ ਨਾਲ ਕੀ ਗੱਲ ਆ? ਸੋਨੀਆ ਗਾਂਧੀ ਨਾਲ ਅੰਦਰ ਖਾਤੇ ਆ। ਉਹ ਲੇਡੀ ਆ, ਤੁਸੀਂ 5 ਸਾਲ ਇਸ ਬੰਦੇ ਨੂੰ ਸਰਪੰਚ ਬਣਾਇਆ, 5 ਸਾਲ ਇਹਨੇ ਦਾਰੂ ਨੀ ਪਈ ਤੁਹਾਨੂੰ? ਇਹਨੇ ਤੁਹਾਨੂੰ ਆਤ ਆ ਜੀ, ਫਿਰ ਅੱਜ ਇਹਨੂੰ ਫਿਰ ਕਹਿ ਦਿੰਦੇ ਵੀ ਅੱਜ ਫਿਰ ਲਾ ਦੇ ਰੌਣਕ। ਨਹੀਂ ਜੀ, ਤੌੜੀ ਦਾ ਮੂੰਹ ਖੁੱਲਾ ਦਾ ਕੁੱਤਾ ਵੀ ਸ਼ਰਮ ਖਾਂਦਾ। ਕਿਹਨਾਂ ਤੁਹਾਡਾ? ਗੱਤੇ ਸਿੰਘ ਹੈ ਜੀ।